ਟੀ ਟਾਈਮ ਹੈ ਹਾਂ ਲੱਗੀ ਲੱਥੀ ਠੰਡ ਠੇਕੇਦਾਰਾ ਬੱਦਲ ਬਹੁਤ ਜ਼ਿਆਦਾ ਬੱਦਲ ਹੈ ਭਾਈ ਠੇਕੇਦਾਰਾ ਕੰਮ ਕਰਤਾ ਸਟਾਰਟ ਕਰਤਾ ਲੱਗ ਰਿਹਾ ਚਲੋ ਜੀ ਉਧਰੋਂ ਬਾਰਿਸ਼ ਵੀ ਲੱਗਦਾ ਨਿੱਕੀ ਨਿੱਕੀ ਆ ਗਈ ਅਭੀ ਮਜ਼ਾ ਆਏਗਾ ਨਾ ਭਿੜੋ ਰਹਿਮ ਅਸਲਾਮ ਵਾਲੇਕਮ ਵੀਰ ਕਹਿੰਦਾ ਤੁਸੀਂ ਸਭ ਤੋਂ ਠੀਕ ਠਾਕ ਹੋਗੇ ਫਿਟ ਫਾਟ ਹੋ ਗਏ ਇਹਦੇ ਨਾਲ ਕਰਦੇ ਨੇ ਅੱਜ ਦੇ ਵਲੋਗ ਦਾ ਆਗਾਜ਼ ਭਾਈ ਸਾਹਿਬ ਠੇਕੇਦਾਰ ਬੜੀ ਮੁਸ਼ਕਲ ਲਿਆਉਂਦੇ ਤੁਹਾਨੂੰ ਵਿਖਾਉਣਾ ਕੀ ਕਰ ਰਹੇ ਨੇ ਜੀ ਪੁੱਟੀ ਆ ਰਹੀ ਹੈ ਪਨੀਰੀ ਅਤੇ ਠੇਕੇਦਾਰ ਹਮੇਸ਼ਾ ਲਈ ਪੁਰਾਣਾ ਆਸਫ ਸੇਠ ਚੋਰੀ ਜੱਟ ਹੈ ਅਤੇ ਚੋਰ ਸਾਹਿਬ ਜੀ ਤੁਸੀਂ ਫੋਨ ਹੀ ਚੁੱਕ ਦੇ ਹੈ ਫੋਨ 'ਤੇ ਨਹੀਂ ਗੱਲ ਕਰਾਂਗੇ ਚੱਲ ਝੂਠਾ ਗੱਲ ਹੁੰਦੀ ਕੈਮਰੇ ਦੇ ਵਿੱਚ ਹਾਂਜੀ ਬਾਅਦ ਦੀ ਗੱਲ ਆ ਇਹ ਭਾਈ ਤੁਹਾਨੂੰ ਮੈਨੂੰ ਪਤਾ ਅੱਜ ਕੱਲ ਬਹੁਤ ਝੋਨਾ ਪੈ ਰਿਹਾ ਤੇ ਮਾੜੇ ਬੰਦਿਆਂ ਦੀ ਤੂੰ ਗੱਲ ਨਹੀਂ ਸੁਣਦਾ ਇੰਜੀ ਆ ਕਿ ਨਹੀਂ ਇੱਧਰ ਜਨਾਬ ਬਾਬਰ ਪੁਰਾਣੇ ਖਿਲਾੜੀ ਆ ਤੁਸੀਂ ਵੇਖਿਆ ਨਾ ਗੰਦਮ ਵੱਢਦੇ ਜਦੋਂ ਕਦੇ ਇਹਦੇ ਵਿੱਚ ਕੁਛ ਬੰਦੇ ਪੁਰਾਣੇ ਸਾਲ ਵਾਲੇ ਮਤਲਬ ਸਾਰੇ ਪੁਰਾਣੇ ਸਾਲ ਵਾਲੇ ਨੇ ਜੇ ਵਿੱਚੋਂ ਕੁਛ ਚੇਂਜਿੰਗ ਹੋਈ ਹੈ ਕਦੇ ਆਏ ਜੇ ਅੱਛਾ ਆਹ ਬੰਦਾ ਨਵਾਂ ਭਰਤੀ ਕੀਤਾ ਜੀ ਉਹ ਲਾਲਾ ਪੁੱਟੋ ਹਲੋ ਬੜਾ ਤਾਂ ਵੇਖੀ ਯਾਰ ਦਰਸ਼ਨ ਕਰਾ ਯਾਰਾ ਅਸਫ ਜੱਟ ਜਿਹੜਾ ਨਾ ਠੇਕੇਦਾਰ ਇਹ ਅਰਕਾਂ ਕਰਦੇ ਰਿਹਾ ਮੈਨੂੰ ਖਰਾਬ ਹੀ ਫੋਨ ਇਹਨੂੰ ਮੈਂ ਰੋਜ਼ ਹੀ ਕਰਦੇ ਰਿਹਾ 8 ਦਿਨ ਪਹਿਲਾਂ ਉਹਦੇ ਕੋਲ ਟਾਈਮ ਲਿਆ ਅਤੇ ਅੱਜ ਵੀ ਨਖਰੇ ਕਰਨ ਦਿਆ ਨਹੀਂ ਨਹੀਂ ਛੱਬੀ ਲਾਉਣ ਜਾਣਾ ਬੰਦਾ ਪਤਾ ਛੱਬੀ ਵਾਲੇ ਪਿੰਡ ਦੀ ਚੋਰੀ ਸਾਹਿਬ ਜੀ ਪਹਿਲਾਂ ਪਿੰਡ ਦੀ ਸੁਣਿਆ ਕਰੋ ਹੈਲੋ ਹਾਂ ਹੁਣ ਪਿੰਡ ਲਾਉਣਾ ਪਿੰਡ ਹੀ ਲਾਉਣਾ ਬੰਦੇ ਇੰਨੇ ਕੁ ਜੇ ਹੋਰ ਵੀ ਆ ਗਏ ਉਹ ਬੱਲੇ ਉਹ ਕਾਕਾ ਵੀ ਹੈਗਾ ਜੇ ਇਹ ਤਾਂ ਵੇਖਿਆ ਨਹੀਂ ਹੁੰਦਾ ਹੁਣ ਵੇਖਿਆ ਪੁਰਾਣਾ ਆਰ ਓਨਰ ਜਵਾਨ ਜੁੜੇ ਹੋਏ ਨੇ ਅਤੇ ਤਕਰੀਬਨ ਅੱਧੀ ਕੁ ਪੁੱਟ ਦੀ ਜਿੰਨੀ ਕੁ ਲਾਉਣੀ ਹੈ ਅਤੇ ਉਹ ਉੱਧਰ ਸਾਡਾ ਮੋਟਾ ਸਾਹਿਬ ਆ ਰਹੇ ਨੇ ਜੀ ਪਾਣੀ ਲੈਣ ਕੇ ਲਾਇਆ 3 ਘੰਟੇ ਕੇ ਬੰਦੇ ਪਿਆਸੇ ਦਹਿ ਨੇ ਪੁੱਟਲਾ ਪੈਰ ਇਹ ਭਾਈ ਪਾਣੀ ਦਾ ਕਾਹ ਤੋਂ ਲੈ ਕੇ ਆਉਣ ਦਿਆ ਆਹ ਜਿਹੜੀ ਜਗ੍ਹਾ ਹੈ ਨਾ ਇਹ ਹੈਗੀ ਆ ਸਖਤ ਥੋੜ੍ਹੀ ਜਿਹੀ ਹੋ ਗਈ ਇਹਨੂੰ ਨਾ ਪਾਣੀ ਲੱਗੇ ਨੂੰ ਦੇਰ ਹੋ ਗਈ ਪਾਣੀ ਲੱਗੇ ਨੂੰ ਅਤੇ ਆਹ ਹੁਣ ਸਾਰਾ ਪਾਣੀ ਤਰੋਂਕ ਲੈਂਦਾ ਨਾ ਪਾਣੀ ਤਰੋਂਕਣ ਦਿਆ ਨਾ ਇਹਦੇ ਨਾਲ ਫਿਰ ਕੁਲੀ ਹੁੰਦੀ ਅਤੇ ਪੁੱਟਣੀ ਸੌਖੀ ਹੋ ਜਾਂਦੀ ਅਤੇ ਬਹੁਤੀ ਗਿੱਲੀ ਵੀ ਹੋਵੇ ਅਤੇ ਪੁੜਨੀ ਔਖੀ ਹੈ ਅਤੇ ਬਹੁਤੀ ਸੁੱਕੀ ਵੀ ਹੋਵੇ ਅਤੇ ਪੁੜਨੀ ਔਖੀ ਆ ਅਤੇ ਇੱਧਰ ਆ ਗੁੱਟੀਆਂ ਬਣਾ ਬਣਾ ਮਾਸ਼ਾਅੱਲਾ ਰੱਖਤੀਆਂ ਨੇ ਸਰਜੂ ਹੋਰ ਘਲਾਉਣਾ ਪਊ ਹੁਣ ਬਣਾਵਾ ਬਣਾਵਾ ਯਾਰ ਪਾਣੀ ਇੰਨਾ ਕੀ ਕਰਨਾ ਬੰਦ ਕਰ ਲਾ ਮਿੱਟੀ ਢੇਰ ਪੜ ਲਈ ਆਹ ਬਣ ਗਈ ਜੀ ਗੁੱਟੀ ਕਹਿੰਦੇ ਆ ਇਹਨੂੰ ਇਹਨੂੰ ਗੁੱਟੀ ਆਂਦੇ ਆ ਸ਼ਾਬਾਸ਼ ਸ਼ਾਬਾਸ਼ ਜਵਾਨਾਂ ਦੇ ਹੁਣ ਗਿਣਦਾ ਇਹ ਕਿੰਨੀਆਂ ਕਿੰਨੀਆਂ ਪੁੱਟੀਆਂ ਗਈਆਂ ਇਹਨਾਂ ਦਾ ਨਾ ਹੋ ਗਿਆ ਵਾ ਹੁਣ ਆਉਂਦੇ ਬਸ ਕਰਨੀਆਂ ਜਿੰਨੀਆਂ ਪੁੱਟਣੀਆਂ ਅਤੇ ਗਿਣ ਕੇ ਪੁੱਟਣ ਦਾ ਆਉਂਦੇ ਲਾਸਟ ਜਿਹੜੀਆਂ ਪਹਿਲੇ ਦਿਨਾਂ ਜਿਹੜੀਆਂ ਪੁੱਟੀਆਂ ਉਹ ਪੁੱਟੀਆਂ ਉੱਟੀਆਂ ਹੈਗੀਆਂ ਅਤੇ ਕਹਿਣ ਦੇਣਾ ਕਿ ਜਿਹੜੀਆਂ 10-10 ਗੁੱਟੀਆਂ ਪੁੱਟ ਕੇ ਨਾ ਅਸੀਂ ਉਹ ਜਗ੍ਹਾ 'ਤੇ ਰੱਖ ਦੇਣੀਆਂ ਸਵੇਰੇ ਯਾਨੀ ਕਿ ਪਾਣੀ ਲੱਗਣਾ ਰਾਤ ਨੂੰ ਤਕਰੀਬਨ ਪਾਣੀ ਲੱਗਣਾ 7 ਵਜੇ ਤੋਂ ਬਾਅਦ ਅਤੇ ਲਾਉਣਾ ਇਹਨਾਂ ਨੇ ਕਿਉਂਕਿ ਹਨੇਰਾ ਹੋ ਜਾਣਾ ਅਤੇ ਹਨੇਰੇ ਦੇ ਵਿੱਚ ਨਾ ਫਿਰ ਹਨੇਰੇ ਦੇ ਵਿੱਚ ਨਹੀਂ ਲੱਗਦਾ ਝੋਨਾ ਅਤੇ ਸੁਬਾਹ ਆਉਣਗੇ ਫਸਟ ਟਾਈਮ 5-6 ਵਜੇ ਇਹਨਾਂ 'ਤੇ ਲਾਉਣਗੇ ਜੇ ਪਾਣੀ ਥੋੜ੍ਹਾ ਬਹੁਤਾ ਜਿਹੜਾ ਵਾ ਘੱਟ ਹੋਏਗਾ ਤਾਂ ਹੋਰ ਲਾ ਲਾਂਗੇ ਅਤੇ 10-10 ਗੁੱਟੀਆਂ ਆ ਲਿਆ ਚੁੱਕ ਕੇ ਇੱਕ ਵਾਰੀ ਜਵਾਨ ਠੇਕੇਦਾਰ ਉਹਨਾਂ ਨੂੰ ਵੀ ਕਿਹਾ ਗਿਆ ਕਿ 10 ਆਪਣੀਆਂ ਗੁੱਟੀਆਂ ਪੁੱਟ ਕੇ ਨਾ ਤੁਸੀਂ ਵੀ ਲਿਆਣ ਕੇ ਵਿੱਚ ਰੱਖ ਦਿਓ ਬਾਕੀ ਰੱਖਣੀਆਂ ਸਾਰੀਆਂ ਇਸ ਜਗ੍ਹਾ ਦੇ ਉੱਤੇ ਹੈਗੀਆਂ ਅਤੇ ਲਾਸਟ ਯਾਨੀ ਕਿ ਚੱਲੇ ਨੇ 10-10 ਪੁੱਟ ਕੇ ਅਸੀਂ ਚਲੇ ਜਾਣਾ ਹੁਣ ਕਿਉਂਕਿ ਪੁੱਟੀਆਂ ਤਾਂ ਨਾ ਕਾਫੀ ਹੈ ਤਕਰੀਬਨ ਕਿੰਨੀਆਂ ਐਸਾ ਭਲਾ ਪੁੱਟੀਆਂ ਗਈਆਂ ਹੋਣਗੀਆਂ 200 ਗੁੱਟੀ ਪੁੱਟੀ ਗਈ ਹੋਣੀਆਂ ਨਾ 200 ਗੁੱਟੀ ਪੁੱਟੀ ਜਨੇਰ ਬਾਦਸ਼ਾਹ ਆਹ ਜਵਾਨ ਆਉਂਦਾ ਜੂੰ ਕਬੱਡਰ ਹੁੰਦਾ ਹੈ ਤੋਰੇ ਦੀ ਕਬੱਡਰ ਆਰ ਗਈ ਹੈ ਨਾ ਲੱਤਾਂ ਪਲ ਫਿਰ ਗਈਆਂ ਲੱਗਦਾ ਥੱਲੇ ਬਾਕੀ ਠੀਕ ਹੈ ਕਿਉਂ ਕਾਕਾ ਲਾਈਨਾਂ ਬਣੀਆਂ ਜਾਂ ਜਾਂ ਗਰਮੀ ਫੁੱਲ ਆ ਜਾਂ
ਕਰ ਦਿੱਤੀਆਂ ਇਕੱਠੀਆਂ ਕਿਉਂਕਿ ਸੁੱਕਣ ਗਿਆ ਨਾ, ਇਹਨੂੰ ਪਾਣੀ ਲੱਗ ਜਾਣਾ ਰਾਤ ਨੂੰ, ਨਾਲੇ ਫਿਰ ਇਹਦੇ ਵਿੱਚ ਆਪੇ ਰੁੜ ਕੇ ਅੱਗੇ ਜਾਂਦੀਆਂ ਰਹਿਣਗੀਆਂ। ਠੇਕੇਦਾਰ ਦੱਸ ਰਿਹਾ ਭਾਈ ਵੀ ਕਿੱਥੇ ਇੱਥੇ ਖੜਨੀਆਂ। ਠੇਕੇਦਾਰ ਬੰਦੇ ਕਿੰਨੇ ਕਿਆ ਰੱਖਣ ਤੇਰੇ ਕੋਲ? 20 ਬੰਦੇ ਆ? ਝੂਠ ਕੋ ਮਾਰਨ ਦੇ ਆ ਵੀਡੀਓ ਦੇ ਜਿਹੜੇ ਕਿੰਨੇ ਆ? ਮੈਂ ਗਿਣਦਾ 1, 2, 3, 4, 5, 6, 7 ਬੰਦੇ ਆ ਠੇਕੇਦਾਰ। 7 ਬੰਦੇ ਆ? 7 ਸਵੇਰੇ ਆਉਣੇ ਦੂਜੇ। ਅੱਛਾ, ਛੁੱਟੀ ਦੇਣੇ ਹੋ? ਟੀ ਟਾਈਮ ਛੁੱਟੀ ਆ। ਚਲੋ ਉਹ ਵੀਡੀਓ ਦੇ ਵਿੱਚ ਆ ਜਾਣੇ ਆ, ਉਹਨੇ ਦੱਸੀ ਝੂਠ ਨਾ ਮਾਰੀ। ਨਹੀਂ ਨਹੀਂ ਸਹੀ ਯਾਰ, ਪੈਸੇ ਵਾਹਵਾ ਦੇਣਾ ਸਵੇਰੇ ਹੋਰ ਲਾਵਾਂਗੇ ਵੱਧ। ਅੱਛਾ, ਮੈਂ ਤੁਹਾਡੀ ਵੀਡੀਓ ਬਣਾਉਂਦੇ ਆ ਨੀ ਥੋੜੀ ਆ, ਪੈਸਿਆਂ ਦੀ ਗੱਲ ਕੋ ਕਰਨੇ ਆ? ਦੱਸਦਾ ਨੀ ਮੈਨੂੰ ਪੈਸਿਆਂ ਦੀ ਗੱਲ ਮਿਲਣਾ? ਆਹੋ ਇੰਜੀ ਆ, ਉਹ ਸਵੇਰੇ ਤੇਰਾ ਨੰਬਰ ਦੇ ਦਈਏ ਫਿਰ ਵਿੱਚ, ਕਿਉਂ ਆਸਫ ਤੇਰਾ ਨੰਬਰ ਸਵੇਰੇ ਵਿੱਚ ਦਈਏ ਫਿਰ। ਆਹੋ ਇੰਨਾ ਤੇਰੀ ਉਂਝ ਮਸ਼ਹੂਰੀ ਕਰ ਦੇਣੀ ਵੀ ਜਿਹਨੇ ਤੇਰੇ ਕੋਲ ਝੋਨਾ ਲਾਉਣਾ ਹੋਇਆ ਭਾਈ, ਆਹ ਨੰਬਰ ਤੇਰਾ ਆਪਾਂ ਕਰ ਲਿਓ। ਹੈ ਤੇਰਾ ਨੰਬਰ ਦੇ ਦਾਂਗੇ ਨਾ ਸਵੇਰੇ ਦਾਂਗੇ ਵੀ, ਜਿਸ ਨੰਬਰ ਤੇ ਭਲਾ ਇੱਥੇ ਭਾਈ ਸਕਰੀਨ ਦੇ ਨਾ ਥੱਲੇ ਦਾ ਨੰਬਰ ਮੈਨਸ਼ਨ ਕਰ ਦਾਂਗੇ ਵੀ ਜਿਹਨੇ ਝੋਨਾ ਲਵਾਉਣਾ ਆਇਆ ਤੇਰੇ ਕੋਲ, ਸਵੇਰੇ ਰੇਟ ਛੇੜੀ ਪੁੱਛ ਲਾਂ ਕਿਸ ਰੇਟ ਨਾਲ, ਰੇਟ ਵੀ ਦੱਸਣਾ। ਰੇਟ 13,000। ਠੀਕ ਆ, ਸਵੇਰੇ ਭਾਈ ਦੱਸਾਂਗੇ। ਝੋਨਾ ਪਸੰਦੀਦਾ? ਝੋਨਾ ਪਸੰਦਾ ਲਵਾਉਣਾ ਭਾਵੇਂ ਉਂਗਲ ਉਂਗਲ ਦੇ ਵਕਫੇ ਨਾਲ ਲਵਾਈ ਹੋ ਤੇ ਭਾਵੇਂ ਬਿਲਕੁਲ ਪੀਲਾ ਜੋੜ ਕੇ ਲਵਾਈ ਜਾਓ, ਤੇ ਕੱਲ ਨੂੰ ਲਾਉਣਾ ਹੀ ਨਾਲੇ ਤੁਹਾਨੂੰ ਵੀਡੀਓ ਦੇਸੀ ਪੈਣਾ ਜੇ ਤੇ ਮੇਰਾ ਜੋੜ ਕੇ ਲਾਤਾ, ਸਮਝ ਲਓ ਵੀ ਸੱਚ ਬੋਲਦਾ। ਦਿ ਨੈਕਸਟ ਡੇ ਨਾ ਪਾਣੀ ਲੱਗ ਗਿਆ ਸਾਥ ਖੱਤੇ ਨੂੰ ਪੂਰੇ ਨੂੰ, ਤੇ ਇਹ ਗਿਆ ਖੁਸ਼ਕ ਹੋ ਤੇ ਹੁਣ ਚਲਾ ਕੇ ਆਇਆ ਟਿਊਬਵੈਲ ਤੇ ਪਾਣੀ ਇਹਦੇ 'ਚ ਲਾਉਂਦੇ ਹਾਂ ਤੇ ਫਿਰ ਝੋਨਾ ਲੱਗਣਾ ਵਾ। ਅਸੀਂ ਤਾਂ ਆਪਣੇ ਵੱਲੋਂ ਫੁੱਲ ਪਾਣੀ ਰਾਤੀ ਇਹਨੂੰ ਲੱਗ ਗਏ ਹਾਂ ਵੀ ਸੁਬਾਹ ਤੱਕ ਨਾ ਰਹੇਗਾ, ਲੇਕਿਨ ਉਹ ਜੀਰਗੀ ਪੈਲੀ ਤੇ ਬਾਕੀ ਲੇਬਰ ਆਣ ਕੇ ਸਾਡੀ ਉਹ ਬੈਠੀ ਆ, ਤੇ ਬਸ ਟਿਊਬਵੈਲ ਅਸੀਂ ਚਲਾ ਦਿੱਤਾ, ਥੋੜ੍ਹੀ ਦੇਰ ਬਾਅਦ ਫਿਰ ਝੋਨਾ ਲੱਗਣਾ ਅਲਹਮਦੁਲਿਲਾ ਸਟਾਰਟ ਹੋ ਜਾਏਗਾ। ਅੱਜ ਮੌਸਮ ਵੀ ਕਾਫੀ ਜ਼ਿਆਦਾ ਪਿਆਰਾ ਵਾ, ਬੱਦਲ ਸ਼ਦਲ ਹੋਏ ਨੇ। ਜਿਹੜਾ ਟਾਈਮ ਹੈਗਾ ਸੁਬਾਹ ਦਾ ਨਾ ਤਕਰੀਬਨ 5:50 ਹੋਏ ਆ, ਆਣ ਕੇ ਬੈਠੀ ਆ ਸੁੱਤੀ ਆ ਰਾਤ ਦੀ ਇੱਥੇ। ਹੈਂ ਬੱਲੇ ਵੀ ਬੱਲੇ, ਇਹ ਹੋ ਗਈ ਵਰਦਸ਼ ਹੋ ਰਹੀ ਸਵੇਰ ਸਵੇਰ, ਬੱਲੇ ਵੀ ਬੱਲੇ, ਜੋਕ ਹੋ ਰਹੀ, ਜਾਕ ਜੋਕ ਕਵਾਕ ਵੋਕ ਮਾਰਨ ਲੱਗੇ ਆ, ਇਹ ਕਿਹੋ ਜਿਹੀ ਵੋਕ ਹੈ ਤੇਰੀ? ਚੱਲ ਹੁਣ ਮਾਰ, ਬਸ ਹੋ ਗਿਆ। ਝੋਨਾ ਲਾਉਣਾ ਸਟਾਰਟ ਨਹੀਂ ਕੀਤਾ ਤੇ ਇੱਧਰ ਚੈੱਕ ਕਰੋ, ਕਾਲਾ ਛਾ ਬੱਦਲ ਹੈ ਤਾਂ ਨਾਲ ਨਾ ਫੁੱਲ ਤੇਜ਼ ਆਉਂਦੀ ਹੈ, ਤੂਫਾਨ ਆ ਗਿਆ। ਅੱਲਾ ਆਪਣੀ ਰਹਿਮਤ ਦੀ ਬਾਰਿਸ਼ ਪਾਵੇ, ਅਤੇ ਆਲਾ ਤੂਫਾਨ ਆ ਤੇ ਇੱਥੋਂ ਤਾਂ ਡਰ ਹੀ ਲੱਗਣ ਦਿਆ ਵਾ, ਫੁੱਲ ਤੇਜ਼ ਭਾਈ ਹਵਾ ਵਾ। ਲਓ ਜੀ ਸੌਂ ਜਾਓ ਹੁਣ ਤੁਸੀਂ, ਇਹੋ ਜਿਹੀ ਠੰਡੀ ਹਵਾ ਲੱਭਣੀ ਤੁਹਾਨੂੰ? ਭਲਾ ਆਲਾ ਨਾ ਇੱਧਰੋਂ ਘਟਾ ਅਤੇ ਨੇਰ ਫੁੱਲ ਫੁੱਲ ਤੇਜ਼ ਆ, ਅੱਲਾ ਮਾਫ਼ ਕਰੇ ਭਾਈ। ਬਿਸਮਿਲ੍ਲਾ ਰਹਿਮਾਨ ਰਹੀਮ, ਕੰਮ ਸ਼ੁਰੂ ਹੋ ਗਿਆ ਅਲਹਮਦੁਲਿਲਾ, ਅਤੇ ਮੌਸਮ ਵੀ ਪਿਆਰਾ ਹੋ ਗਿਆ। ਠੇਕੇਦਾਰ ਕੰਮ ਕਰਦਾ ਸਟਾਰਟ ਲਾ, ਬਾਰਿਸ਼ ਹੋ ਗਈ ਆ ਸਟਾਰਟ, ਤੇ ਬੰਦੇ ਜਿਹੜੇ ਝੋਨਾ ਲਾਉਣ ਦਾ ਇਹਨਾਂ ਤੁਹਾਨੂੰ ਵਿਖਾਉਣਾ ਕਿੱਧਰ ਭੱਜੇ ਨੇ ਬੰਦਿਆਂ ਦੀ ਯਾਦ ਕਰੋ, ਬੰਦਾ ਪੁੱਛਿਆ ਵੀ ਇੱਥੇ ਵੀ ਪਾਣੀ ਜਿਹੀ ਖਲੋਤੇ ਜੇ ਹੈ। ਹੈਲੋ, ਉਹ ਬਾਰਿਸ਼ ਰੱਬ ਨੇ ਪਾਈ ਆ, ਹੋ ਗਿਆ ਲਾਓ ਝੋਨਾ। ਠੇਕੇਦਾਰ ਕੀ ਗੱਲ, ਠੰਡ ਲੱਗਦੀ ਆ? ਇੱਥੇ ਪਾਣੀ ਖਲੋਤਾ ਬੰਦੇ ਸਾਰੇ ਭਾਈ, ਦਰਖਤ ਦਾ ਸਹਾਰਾ ਲੈ ਖਲੋ ਗਏ ਨੇ, ਕਿਆ ਬਾਤ ਆ। ਇੱਕ ਬੰਦਾ ਖਲੋਤਾ, ਇਹਦਾ ਦਿਲ ਕਰਦਾ ਲਾਉਣ ਨੂੰ, ਕਿਉਂ ਸਾਧ
ਅੱਜ ਤੇਰੀ ਖੈਰ ਹੋ ਗਈ ਓ ਸਾਹ ਰੋਡੇ ਸਰਾਂ ਟਿੰਡ ਸੋਹਣੀ ਲੱਗਦੀ ਤੈਨੂੰ ਵੈ ਕਹਿੰਦੇ ਆ ਖੈਰ ਹੋ ਗਈ ਓ ਹਲ ਹਨੇਰਾ ਹੀ ਹੋ ਗਿਆ ਓਏ ਹਨੇਰਾ ਹੀ ਹੋ ਗਿਆ ਮੈਂ ਆਖਿਆ ਦਿਸਣ ਛੱਡ ਗਿਆ ਇੰਨਾ ਰਾਤੀ ਰੱਖ ਗਿਆ ਹੁਣ ਬਾਰਿਸ਼ ਹੁਣ ਨਾ ਹਲਕੀ ਹੋ ਗਈ ਥੋੜ੍ਹੀ ਥੋੜ੍ਹੀ ਆਹ ਗੁੱਟੀਆਂ ਵਾਲੀਆਂ ਰਾਤ ਰੱਖੀਆਂ ਸਾਂ ਉਹ ਪਈਆਂ ਨੇ ਅਤੇ ਬਾਰਿਸ਼ ਹੁਣ ਨਾ ਘੱਟ ਗਈ ਹੈ ਹੁਣ ਇਹਦਾ ਨਾ ਪਾਣੀ ਥੋੜ੍ਹਾ ਜਿਹਾ ਨਾ ਉਸ ਖੱਤੇ ਨੂੰ ਜ਼ਿਆਦਾ ਕਰ ਦਿੰਦੇ ਹਾਂ ਇਹਦਾ ਦਿੰਦੇ ਹਾਂ ਬੰਨ ਚਲੋ ਤੂਫਾਨੀ ਬਾਰਿਸ਼ ਆ ਅਤੇ ਬੰਦੇ ਆ ਗਏ ਅੰਦਰ ਭਾਈ ਦੇਖੋ ਸਾਡੇ ਠੇਕੇਦਾਰ ਦਾ ਹਾਲ ਬਾਰਿਸ਼ ਨੇ ਭਾਈ ਹਰ ਬੰਨੇ ਜਲ ਥਲ ਕਰ ਦਿੱਤੀ ਹੈ ਹਰ ਥਾਂ ਪਾਣੀ ਖਿਲਾਰਤਾ ਮਾਸ਼ਾਅੱਲਾ ਬਾਰਿਸ਼ ਨਾ ਪਾਣੀ ਨਾ ਕੱਢੀ ਅਤੇ ਅਲਹਮਦੁਲਿਲਾ ਲਾਉਣਾ ਕਰਤਾ ਝੋਨਾ ਫਿਰ ਸ਼ੁਰੂ ਠੇਕੇਦਾਰਾ ਨਿਕਲੀ ਗਰਮੀ ਤੇਰੀ ਕਿ ਨਹੀਂ ਅੱਛਾ ਉਹ ਬੰਦੇ ਨੇ ਭਾਈ ਕਮੀਜ਼ ਮੋਟੇ ਨੇ ਨਾ ਮੋਟੂ 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 ਨੇ ਉਹ ਲਾਉਂਦਾ ਰਿਹਾ ਬਾਕੀ ਆਹ ਲਾਲਾ ਭੁੱਟੋ ਵੀ ਲਾਉਂਦਾ ਰਿਹਾ ਤਿੰਨ ਚਾਰ ਬੰਦੇ ਲਾਉਂਦੇ ਰਹੇ ਬਾਕੀ ਅਜੇ ਅੰਦਰੋਂ ਹੀ ਆਏ ਨੇ ਉਹ ਨਿਗਾ ਚੋਰੀ ਓੜਾ ਸਭ ਤੋਂ ਐਂਡ ਤੇ ਉਹਨੂੰ ਤਾਂ ਬੋਧੀ ਲੈਣ ਲੱਗਦੀ ਹੈ ਨਾ ਵੇ ਹੁਣ ਵੜਿਆ ਉਹ ਛਾਂ ਛਾਂ 'ਚ ਲਾਉਂਦਾ ਹੋਵੇ ਕੀ ਨਾਂ ਲੈ ਦਿਆਂ ਦਾ ਓਏ ਓਏ ਤਮੀਜ਼ ਨਾ ਕੂ ਉਹਦੇ ਨਾ ਆਹ ਕਹਿਣ ਦਾ ਤੈਨੂੰ ਓਏ ਮੈਂ ਨੀ ਕਿਹਾ ਮੈਂ ਕਿਹਾ ਤੈਨੂੰ ਜਿਹਨੇ ਕਿਹਾ ਉਹਨੂੰ ਤੂੰ ਕਹਿਣ ਦਿਆ ਮੈਨੂੰ ਐਵੇਂ ਕਹੀ ਜਾਂਦੇ ਮੈਂ ਤੈਨੂੰ ਕਹਿ ਤਮੀਜ਼ ਨਾ ਕਵਾਉਣਾ ਭਰਾ ਨਾ ਨਾਂ ਸਿੱਧਾ ਲੈਣਾ ਕੀ ਨਾਂ ਸਿੱਧਾ ਭਾਜੀ ਤੁਹਾਡਾ ਅਲੀ ਸ਼ੇਰ ਮੈਂ ਤੈਨੂੰ ਅੱਜ ਤੱਕ ਕਿਹਾ ਹੀ ਨੀ ਭਰਾ ਹੋਇਆ ਗੱਲ ਜੇ ਤਾਂ ਮੈਂ ਕਹੀ ਤਾਂ ਫਿਰ ਦੱਸ ਕਿਹਾ ਤੈਨੂੰ ਮੈਂ ਕਦੀ ਮੈਨੂੰ ਸਾਬਤ ਕਰਾ ਮੈਂ ਤੈਨੂੰ ਕਿਹਾ ਹੋਵੇ ਕਿਹਾ ਵਾ ਅਤੇ ਫਿਰ ਉਹਨੇ ਕਿਹਾ ਭਾਈ ਉਹਨੂੰ ਪੁੱਛ ਮੈਂ ਭਰਾਵਾ ਕਹਿੰਦਾ ਵੀ ਨਹੀਂ ਹਾਂਜੀ ਚੁੱਕਦਾ ਚੁੱਕਦਾ ਅਲਹਮਦੁਲਿਲਾ ਬਾਰਿਸ਼ ਬਹੁਤ ਤੇਜ਼ ਹੋਈ ਆ ਅਤੇ ਯਾਨੀ ਕਿ ਤੂਫਾਨੀ ਬਾਰਿਸ਼ ਕੱਲ੍ਹ ਹੋ ਸੀ ਅਤੇ ਫਿਰ ਵੀ ਅੱਲਾ ਦੀ ਰਹਿਮਤ ਹੋ ਗਈ ਆ ਬੜੇ ਦਿਨ ਹੋ ਗਏ ਬਾਰਿਸ਼ ਹੀ ਨਹੀਂ ਸੀ ਹੋਈ ਡੀਕ ਰਿਹਾ ਸਾਂ ਲੇਕਿਨ ਇਹ ਕਿ ਬਚ ਬਚਾ ਹੋ ਗਿਆ ਲੇਕਿਨ ਬਾਰਿਸ਼ ਫੁੱਲ ਹਵਾ ਦੇ ਨਾਲ ਆਈ ਅਤੇ ਪਾਣੀ ਅਸਾਂ ਇਹਦੇ 'ਚ ਥੋੜ੍ਹਾ ਲਾਇਆ ਸੀ ਅਤੇ ਇਹਦੇ 'ਚ ਪਾਣੀ ਇੰਝ ਹੋ ਗਿਆ ਜੀ ਹੁਣ ਨਹਿਰ ਹੀ ਰੁੜੀ ਆ ਵਾਲੇ ਭਾਈ ਕਹਿੰਦੇ ਸੀ ਜਿਹੜੀ ਲੇਬਰ ਲਾ ਰਹੀ ਹੈ ਨਾ ਅਸੀਂ ਚਾਹ ਪੀਣੀ ਆ ਅਤੇ ਮੈਂ ਲੈ ਗਿਆ ਉਹਨਾਂ ਵਾਸਤੇ ਚਾਹ ਪਿੰਡ ਗਿਆ ਭਲ ਰਾਜ ਚਿੱਕੜ ਬੜਾ ਹੀ ਬੜਾ ਔਖਾ ਮੋਟਰਸਾਈਕਲ 'ਤੇ ਆਇਆ ਗਿਆ ਭਾਈ ਉਹ ਕਹਿੰਦੇ ਸੀ ਸਾਨੂੰ ਲੱਗ ਰਹੀ ਆ ਹੁਣ ਠੰਡ ਅਤੇ ਅਸਾਂ ਪੀਣੀ ਆ ਚਾਹ ਅਤੇ ਫਿਰ ਮੈਂ ਲੈ ਆਇਆ ਮੈਂ ਕਿਹਾ ਚਲੋ ਜਵਾਨੋ ਠਾਹ ਹੋ ਜਾਣੀ ਗਰਮ ਠੰਡੀ ਹੋ ਜਾਣੀ ਬਲ ਗਏ ਗਰਮ ਨਹੀਂ ਹੋ ਜਾਣੀ ਆ ਜਾਓਗਾ ਮਿੰਟ ਮਾਰੋ ਟੀ ਟਾਈਮ ਹੈ ਹਾਂ ਲੱਗੀ ਲੱਥੀ ਠੰਡ ਠੇਕੇਦਾਰਾ ਮੈਂ ਕਿਹਾ ਹੁਣ ਚੋਰੀ ਠੇਕੇਦਾਰ ਨੇ ਕਿਹਾ ਚਾਹ ਲਿਆਉਣੀ ਮੈਂ ਲੈ ਹੀ ਆਉਂਦੇ ਹਾਂ ਨਹੀਂ ਤਾਂ ਬੋਤਲ ਪਿਆਉਣੀ ਸੀ ਤੁਹਾਨੂੰ ਉਹ ਵੀ ਠੰਡ ਦੇ ਵਿੱਚ ਫਿਰ ਤੁਹਾਨੂੰ ਠੰਡ ਲੱਗਣੀ ਸੈਂ ਅੱਲਾ ਨੇ ਮੌਸਮ ਭਰਤਾ ਚਾਹ ਵਾਲਾ ਇੱਧਰ ਭਾਈ ਖਲੋ ਕੇ ਮੋਟੂ ਪਤਲੂ ਦੇ ਆ ਖਲੋ ਕੇ ਅਤੇ ਪਤਲੂ ਕਿੱਥੇ ਆ ਪਤਲੂ ਆਹ ਪਤਲੂ ਇੱਧਰ ਬਹਿ ਕੇ ਚਾਹ ਪੀ ਰਿਹਾ ਅਤੇ ਮੋਟੂ ਉਹਦੇ ਖਲੋ ਕੇ ਦਿਆ ਹੈ ਠੀਕ ਮਸਾਰ ਕਿਹੜਾ ਜੀ ਹੈ ਲੱਗ ਗਿਆ ਹਾਂ ਸਪਰੇਅ ਲੈਣ ਮੈਂ ਬੋਤਲ ਦੇ ਵਿੱਚ ਲਈ ਆ ਪਾ ਅਤੇ ਇਹ ਪਿੰਡੋਂ ਨਹੀਂ ਸੀ ਮਿਲੀ ਇਹ ਲੈ ਕੇ ਆਇਆ ਮੈਂ ਟਾਊਨ ਤੋਂ ਜਾ ਕੇ ਅਤੇ ਮੇਰੇ ਉਹਨਾਂ ਨੌਜਵਾਨਾਂ ਨੇ ਝੋਨਾ ਦਿੱਤਾ ਵਾ ਲਾ ਅਤੇ ਮੈਂ ਹੁਣ ਆ ਸਪਰੇਅ ਜਿਹੜੀ ਨਾ ਫਲੱਡ ਕਰਨੀ ਆ ਸਪਰੇਅ ਇਹ ਜਿਹੜੀ ਆ ਨਾ ਬੋਤਲ ਵਿੱਚ ਰਲਾ ਲਈ ਮਿਕਸ ਕਰ ਲਈ ਇਹਦਾ ਫਾਇਦਾ ਇਹ ਹੁੰਦਾ ਕਿ ਜਿਹੜੀ ਜੜੀ ਬੂਟੀਆਂ ਉੱਗਦੀਆਂ ਨਾ ਉਹਨਾਂ ਨੂੰ ਉੱਗਣ ਤੋਂ ਰੋਕਦੀ ਹੈਗੀ ਬਿਸਮਿਲ੍ਲਾਹ ਦੀ ਬਰਕਤ ਇਸ ਤਰ੍ਹਾਂ ਕਰਕੇ ਨਾ ਇਹਨੂੰ ਫਲੱਡ ਕਰ ਦੇਣੀ ਹੈ ਵਿੱਚ ਵਿੱਚ ਆਪੇ ਇਹਨੇ ਜਾਲਾ ਬੁਣ ਲੈਣਾ ਖੱਤੇ ਦੇ ਵਿੱਚ ਮੈਂ ਦਿੱਤੀ ਆ ਜ਼ਹਿਰ ਖਿਲਾਰ ਐਸ ਵਾਲੇ 'ਚ ਅਤੇ ਆਹ ਜਿਹੜੀ ਬੋਤਲ ਹੈ ਨਾ ਐਸ ਖੱਤੇ 'ਚ ਖਿਲਾਰ ਦਾਂਗੇ ਅਤੇ ਫਿਰ ਕੰਮ ਖਤਮ ਆਪਣਾ ਗਈ ਆ ਮੁੱਕ ਅਤੇ ਦੋਵਾਂ ਖਾਤਿਆਂ ਦੇ ਵਿੱਚ ਮੈਂ ਨਾ ਖਿਲਾਰ ਦਿੱਤੀ ਹੈ ਅਤੇ ਆਓ ਜੀ
ਅਲਹਮਦੁਲਿਲਾ ਕੰਮ ਹੋ ਗਿਆ ਅੱਜ ਦਾ। ਇਹਦੇ ਨਾਲ ਹੀ ਕਰ ਦਿੰਦੇ ਹਾਂ ਅੱਜ ਦੇ ਵਲੋਗ ਦਾ ਐਂਡ। ਅਗਰ ਸਾਡਾ ਅੱਜ ਦਾ ਵਲੋਗ ਤੁਹਾਨੂੰ ਚੰਗਾ ਲੱਗਾ ਤਾਂ ਲਾਈਕ ਅਤੇ ਸਬਸਕ੍ਰਾਈਬ ਮਸਟ ਹੈ, ਅਤੇ ਇਨਸ਼ਾਅੱਲਾ ਮਿਲਾਂਗੇ ਅਗਲੇ ਵਲੋਗ ਦੇ ਵਿੱਚ। ਅੱਲਾ ਹਾਫਿਜ਼, ਬਾਏ ਬਾਏ।